ਵਾਲੇ ਦਿਨਾਂ 'ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪ੍ਰਬੰਧ ਕੀਤੇ ਗਏ ਨੇ ਅਤੇ ਇਹਨਾਂ ਪ੍ਰਬੰਧਾਂ ਦੀ ਉਲੰਘਣਾ ਕਰਨ ਵਾਲੇ ਵੀ ਅੱਜ ਕੱਲ੍ਹ ਸ਼ਰੇਆਮ ਘੁੰਮ ਰਹੇ ਨੇ ਅਤੇ ਸਖ਼ਤੀ ਹੋਣ ਮਗਰੋਂ ਵੀ ਹਮਲਾਵਰ ਕਿਤੇ ਨਾ ਕਿਤੇ ਘਟਨਾ ਨੂੰ ਅੰਜਾਮ ਦਿੰਦੇ ਨਜ਼ਰ ਆਉਂਦੇ ਨੇ। ਉੱਥੇ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ 'ਚ ਇੱਕ ਉਮੀਦਵਾਰ ਦੀ ਮੀਟਿੰਗ 'ਚ ਗੋਲੀਆਂ ਚਲਾਈਆਂ ਗਈਆਂ। ਇਸ ਮੀਟਿੰਗ 'ਚ ਮੌਜੂਦ ਜ਼ਖਮੀ ਵਾਸੀ ਨੇ ਕਿਹਾ ਕਿ ਉਹਨਾਂ ਦੇ ਨੇੜਲੇ ਘਰ 'ਚ ਕਾਂਗਰਸੀ ਵਿਧਾਇਕ ਨੇ ਚੋਣਾਂ ਦੇ ਚੱਲਦਿਆਂ ਇੱਕ ਮੀਟਿੰਗ ਰੱਖੀ ਹੋਈ ਸੀ ਅਤੇ ਮੀਟਿੰਗ 'ਚ ਮੇਰਾ ਲੜਕਾ ਵੀ ਮੌਜੂਦ ਸੀ ਅਤੇ ਕੁਝ ਸਮੇਂ ਬਾਅਦ ਕੁਝ ਨੌਜਵਾਨਾਂ ਨੇ ਆ ਕੇ ਮੇਰੇ ਲੜਕੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਲੜਕੇ ਨੂੰ ਘਰ ਭੇਜਣਾ ਚਾਹਿਆ ਤਾਂ ਉਹਨਾਂ ਇਸ ਮੀਟਿੰਗ 'ਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਪਰ ਇਸ ਮੌਕੇ ਗੋਲੀ ਕਿਸੇ ਵੀ ਵਿਅਕਤੀ ਨੂੰ ਨਹੀਂ ਲੱਗੀ ਅਤੇ ਇਸ ਮਗਰੋਂ ਫਿਰ ਉਹਨਾਂ ਨੇ ਹਥਿਆਰਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਇਸ ਮਗਰੋਂ ਸਾਨੂੰ ਜ਼ਖਮੀ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਦੇ ਨਾਲ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਸੁਲਤਾਨਵਿੰਡ ਇਲਾਕੇ 'ਚ ਤਰਸੇਮ ਸਿੰਘ ਤੇ ਉਸ ਦੇ ਲੜਕੇ ਤੇ ਕੁਝ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ ਤੇ ਪੀੜਤਾਂ ਦੇ ਬਿਆਨ ਤੇ ਆਧਾਰਿਤ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹ ਇੱਕ ਲੱਲਾ ਹੀ, ਇੱਕ ਰੋਕੀ ਹੀ, ਇੱਕ ਦਮਨ ਹੀ, ਇੱਕ ਸਾਜਨ ਹੀ। ਕਿਹੜੀ ਰੈਲੀ ਤੇ ਗਏ ਤੁਸੀਂ? ਰੈਲੀ ਨਹੀਂ, ਕਿਸੇ ਦੇ ਘਰ ਬੁਲਾਰੀ ਆਇਆ ਸੀ, ਅਸੀਂ ਉੱਧਰ ਗਏ ਸੀ ਅਤੇ ਮੈਂ ਆਪਣੇ ਬੇਟੇ ਨੂੰ ਸੱਦਿਆ ਵੀ ਚੱਲ ਆ ਜਾ ਤੂੰ ਵੀ ਇੱਥੇ ਘੜੇ। ਅਸੀਂ ਰੈਲੀ 'ਤੇ ਗਏ ਹਾਂ ਉੱਥੇ ਅਤੇ ਮੈਂ ਆਪਣੇ ਬੇਟੇ ਨੂੰ ਸੱਦਿਆ, ਮੈਂ ਕਿਹਾ ਚੱਲ ਤੂੰ ਵੀ ਆ ਜਾ ਇੱਥੇ। ਉਹ ਆਇਆ ਮੁੜ ਕੇ, ਉਹ ਕਹਿੰਦਾ ਮੈਂ ਡੈਡੀ ਘਰ ਨੂੰ ਚੱਲਿਆ ਅਤੇ ਮੈਂ ਕਿਹਾ ਚੱਲ ਜਾ। ਉੱਧਰੋਂ ਆਇਆ ਮੁੜ ਕੇ ਲੱਲਾ, ਉਹਨਾਂ ਸ਼ਰਾਬ ਸ਼ੁਰੂ ਪੀਤੀ, ਉਹ ਕਹਿੰਦਾ ਤੂੰ ਚੌਲ ਨਾ ਫਿਰਿਆ ਕਰ, ਚੌਲ ਇਹਦਾ ਫਰੰਟ ਫਰੰਟ ਹੈਗਾ ਵਾ ਇਹਦਾ, ਫੜਦਾ ਰਿਹਾ ਇਹਨਾਂ ਅਤੇ ਮੁੜ ਕੇ ਗਲ ਪੈ ਗਏ। ਪਸਤੌਲ ਦੀਆਂ ਦੇ ਮੁੱਠੀਆਂ ਮਾਰੀਆਂ, ਮੇਰੇ ਮਾਰੀਆਂ ਅਤੇ ਮੈਂ ਇਹਨੂੰ ਭਜਾ ਤਾ। ਉਹ ਗੋਲੀਆਂ ਚਲਾਉਂਦੇ ਰਹੇ ਮਗਰ, ਗੋਲੀ ਚਲੋ ਮਹਾਰਾਜ ਇਹਨੂੰ ਲੱਗੀ, ਹੋਰ ਕਿਸੇ ਨੂੰ ਲੱਗੀ, ਕੋਈ ਉਹ ਨਹੀਂ ਜੁੰਮਿਆ ਇਹਦਾ। ਅਤੇ ਮੁੜ ਕੇ ਉਹਨੇ ਕਈ ਮਾਰੀ ਮਗਰ ਦਾਤਰ, ਅਤੇ ਉਹ ਕਈ ਵਾਲਿਆਂ ਨੇ ਦੁਕਾਨ ਬੰਦ ਕਰ ਲਈਆਂ ਉੱਥੇ ਅਤੇ ਮੈਂ ਇਹਨੂੰ ਭਜਾਇਆ। ਫਿਰ ਮੈਂ ਤੂੰ ਘਰ ਨੂੰ ਭੱਜ, ਮੈਂ ਆਪੇ ਹੀ ਉਹਨਾਂ ਮੁੜ ਕੇ ਮੈਨੂੰ ਵੀ ਫਿਰ ਮਗਰ ਇਹਦੇ ਗੋਲੀ ਚਲਾਈ ਅਰੇ ਅਤੇ ਗੋਲੀਆਂ ਦੇ ਜਿਹੜੇ ਖੋਖ ਆ ਉਹ ਫੂਠਾਣਾ ਲੱਭ ਗਿਆ। ਲੱਲਾ ਭਲਵਾਨ ਆ, ਸਾਜਨ ਲਿਬੜੀ ਆ, ਇੱਕ ਰੋਕੀ ਸੀ ਅਤੇ ਇੱਕ ਦਮਨ ਸੀ ਨਾਲ ਮੁੰਡਾ ਉਹਨਾਂ ਦੇ। ਇਹਨਾਂ ਚਾਰ ਜਣੇ ਮੇਰੇ 'ਤੇ ਗੋਲੀਆਂ ਚਲਾਈਆਂ, ਲੱਲੇ ਭਲਵਾਨ ਨੇ ਦੋ ਗੋਲੀਆਂ ਚਲਾਈਆਂ ਮੇਰੇ 'ਤੇ। ਪੁਲਿਸ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ? ਹਾਂਜੀ, ਪੁਲਿਸ ਪ੍ਰਸ਼ਾਸਨ ਇਹ ਵੀ ਸਾਨੂੰ ਇਨਸਾਫ ਨੇ, ਉਹਨਾਂ ਨੂੰ ਫੜੋ ਜਾ ਕੇ। ਸਾਨੂੰ ਤਲਾਹ ਮਿਲੀ ਹੈ ਜੀ, ਉੱਥੇ ਪਿੰਡ ਦੇ ਸੁਲਤਾਨ ਦੇ ਝਗੜਾ ਹੋਇਆ ਜੀ, ਉਹਦੇ ਵਿੱਚ ਸੱਟਾਂ ਲੱਗੀਆਂ ਨੇ ਤਰਸੇਮ ਸਿੰਘ ਨੂੰ ਅਤੇ ਇਹਦੇ ਬੇਟੇ ਰਾਹੁਲ ਨੂੰ, ਇਹਦੀ ਸਾਗਰ ਨੂੰ। ਇਹ ਹੋਸਪਿਟਲ ਦਾਖਲ ਨੇ, ਅਸੀਂ ਇਹਨਾਂ ਦਾ ਬਿਆਨ ਲੈਣ ਨਹੀਂ ਆਏ ਹਾਂ ਮੌਕੇ 'ਤੇ। ਇਹ ਬਿਆਨ ਦੇਣਦੇ ਨੇ ਕੀ ਅੱਗੋਂ ਬਿਆਨ ਲਿਖਾਉਂਦੇ ਨੇ ਉਸ ਹਿਸਾਬ ਨਾਲ ਮੌਕਾ ਤਸਦੀਕ ਕਰਕੇ ਵਾਰੀ ਗਈ। ਸਰ ਬੁਲਾਰੀਏ ਦੀ ਰੈਲੀ 'ਤੇ ਵੀ ਗੋਲੀਆਂ ਚੱਲ ਪਈਆਂ, ਕੋਈ ਚੈਕਿੰਗ ਵਗੈਰਾ ਨਹੀਂ ਸੀ ਉੱਥੇ? ਰੈਲੀ 'ਤੇ ਕੋਈ ਹੈ ਨਹੀਂ ਸੀ ਜੀ ਉੱਥੇ। ਸਰ ਉਹਨਾਂ ਦਾ ਕਹਿਣਾ ਕਿ ਰੈਲੀ 'ਤੇ ਇਹ ਕਹਿ ਰਹੇ ਨਹੀਂ, ਰੈਲੀ 'ਤੇ ਕੋਈ ਹੈ ਨਹੀਂ, ਹੈ ਹੀ ਨਹੀਂ ਰੈਲੀ ਵਾਲੀ ਕੋਈ ਗੱਲ ਨਹੀਂ ਉੱਥੇ ਸਾਹਮਣੇ ਆਈ ਹੈ ਜੀ, ਕਿਉਂਕਿ ਰੈਲੀ ਚੋਣ ਕਮਿਸ਼ਨ ਸਾਹਿਬ ਦੇ ਹੁਕਮ ਦੇ ਨਾਲ ਹੁੰਦੀ ਹੈ, ਉਹਨਾਂ ਨੇ ਮਜ਼ਦੂਰੀ ਤੋਂ ਬਗੈਰ ਉਹਦੇ ਬਗੈਰ ਪ੍ਰੋਟੈਕਸ਼ਨ ਹੁੰਦੀ ਹੈ, ਉਹਨਾਂ ਰੈਲੀ ਹੋ ਹੀ ਨਹੀਂ ਸਕਦੀ। ਸਰ ਕੀ ਕਾਰਵਾਈ? ਅਜੇ ਬਿਆਨ ਲਿਖਣ ਲਈ ਆਏ ਹਾਂ ਜੀ ਹੋਸਪਿਟਲ, ਇਹਨਾਂ ਨੇ ਬਿਆਨ ਲਿਖਦੇ ਹਾਂ, ਅੱਗੋਂ ਜੋ ਕਾਰਵਾਈ ਬਣਦੀ ਹੋਊਗੀ ਉਹ ਕਾਨੂੰਨ ਅਨੁਸਾਰ ਉਹਦੀ ਕਾਰਵਾਈ ਕੀਤੀ ਜਾਏਗੀ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।